ਹੁਸ਼ਿਆਰਪੁਰ ਦੇ ਸਰਪੰਚ ਦਾ ਕਤਲ ਅਤੇ ਕਈ ਪੰਜਾਬੀ ਗਾਇਕਾਂ ਨੂੰ ਧਮਕੀਆਂ ਦੇਣ ਵਾਲਾ ਗੈਂਗਸਟਰ ਪੁਲਿਸ ਦੇ ਧੱਕੇ ਤਾਂ ਚਾੜੀ ਚੁੱਕਿਆ ਹੈ, ਪਰ ਪੁਲਿਸ ਉਸਦੇ ਸਾਥੀਆਂ ਦੀ ਭਾਲ ਵਿੱਚ ਜੁਟੀ ਹੋਈ ਹੈ। ਪੁਲਿਸ ਨੇ ਦਿਲਪ੍ਰੀਤ ਦੀ ਗ੍ਰਿਫਤਾਰੀ ਤੋਂ ਕੁਝ ਹੀ ਘੰਟਿਆਂ ਬਾਅਦ ਉਸਦੀ ਮਹਿਲਾ ਦੋਸਤ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ, ਜਿਸ ਤੋਂ ਬਾਅਦ ਰੁਪਿੰਦਰ ਕੌਰ ਨੂੰ ਨਾਲ ਲੈ ਕੇ ਨਵਾਂ ਸ਼ਹਿਰ ਦੇ ਵਾਹਿਗੁਰੂ ਨਗਰ ਵਿੱਚ ਰਹਿੰਦੀ ਉਸਦੀ ਭੈਣ ਹਰਪ੍ਰੀਤ ਕੌਰ ਦੇ ਘਰ ਰੇਡ ਕੀਤੀ। ਰੇਡ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਹਰਪ੍ਰੀਤ ਦੇ ਘਰੋਂ ਡਰੱਗ ਅਤੇ ਅਸਲਾ ਬਰਾਮਦ ਹੋਇਆ। ਇਸ ਦੇ ਨਾਲ ਹੀ ਪੁਲਿਸ ਜਾਂਦੀ ਹੋਈ ਰੁਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੂੰ ਵੀ ਆਪਣੇ ਨਾਲ ਲੈ ਗਈ। ਇਤਲਾਹ ਵੀ ਸਾਡੇ ਕੋਲ ਚੱਲ ਰਹੀ ਸੀ ਔਰ ਉਹਦੇ ਤਹਿਤ SSO ਸੀ ਜਿਹੜਾ ਪੁਲਿਸ ਸਟੇਸ਼ਨ ਹੈ ਮੋਹਾਲੀ ਦੇ ਵਿੱਚ, ਜਿਹਦਾ ਆਫਿਸ ਹੈ, ਇਹਦੀ ਜੁਰਿਸਡਿਕਸ਼ਨ 5-6 ਡਿਸਟ੍ਰਿਕਟਸ ਦੀ ਹੈ। ਵਰਿੰਦਰਪਾਲ ਜੀ AIG ਸਾਹਿਬ ਉਹਦੇ ਇੰਚਾਰਜ ਨੇ। ਉੱਥੇ ਇੱਕ ਹੋਰ FIR ਦਰਜ ਕੀਤੀ ਗਈ 3 ਨੰਬਰ ਅੰਡਰ ਸੈਕਸ਼ਨ ਜਿਹੜੀ ਹੈ ਹੀਰੋਇਨ ਦੀ, NDPS ਐਕਟ ਦੀ, ਆਰਮਸ ਐਕਟ ਦੀ ਅਤੇ ਹਾਰਬਰਿੰਗ ਦੀ। ਉਹਦੇ ਤਹਿਤ ਹੁਣੀ ਇਤਲਾਹ ਮਿਲੀ ਹੈ ਕਿ ਵਾਹਿਗੁਰੂ ਨਗਰ ਨਵਾਂ ਸ਼ਹਿਰ ਦੇ ਵਿੱਚ ਪੁਲਿਸ ਪਾਰਟੀ ਗਈ ਸੀ। ਉਹ ਜਾ ਕੇ ਉਹਨਾਂ ਨੇ ਜਦੋਂ ਉੱਥੇ ਸਰਚ ਕੀਤੀ ਹੈ, ਇੱਕ ਹਰਪ੍ਰੀਤ ਕੌਰ ਲੇਡੀ ਹੈ ਜਿਹੜੀ ਇਹਦੀ ਕੰਪਲਿਸ ਸੀ ਪੁਰਾਣੀ, ਉਹਦਾ ਏਰੀਆ, ਉਹਦਾ ਘਰ ਹੈ, ਉੱਥੋਂ ਸਾਨੂੰ ਇੱਕ ਪਿਸਟਲ 30 ਬੋਰ ਐਂਡ 40 ਰਾਊਂਡਸ ਅਤੇ ਇੱਕ ਪੰਪ ਐਕਸ਼ਨ ਬੜੀ ਮਾਡਰਨ 12 ਬੋਰ ਦੀ ਗਨ ਮਿਲੀ ਹੈ ਅਤੇ ਉਹਦੇ ਰਾਊਂਡਸ ਮਿਲੇ ਹੈ ਅਤੇ 1 kg ਹੀਰੋਇਨ ਬਰਾਮਦ ਹੋਈ ਹੈ ਉੱਥੋਂ। ਉਸ ਤੋਂ ਇਲਾਵਾ ਹੀਰੋਇਨ ਨੂੰ ਵੇ ਕਰਨ ਵਾਲਾ ਇੱਕ ਛੋਟਾ ਸਕੇਲ ਇਲੈਕਟ੍ਰੋਨਿਕ ਪਲੱਸ ਵੋਇਲਸ ਅਤੇ ਕਾਫੀ ਐਨਰਜੀ ਟੈਬਲੇਟਸ ਵੀ ਮਿਲੀਆਂ ਜਿਹੜੇ ਕਿ ਆਪਾਂ ਯੂਜ ਕਰਦੇ ਹਾਂ ਫੋਰ ਏ ਮੇਲ। ਪਰ ਦੂਜੇ ਪਾਸੇ ਹਰਪ੍ਰੀਤ ਕੌਰ ਦੇ ਪੁੱਤਰ ਨੇ ਪੁਲਿਸ ਦੇ ਇਹਨਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਇਹਨਾਂ ਦਾਅਵਿਆਂ ਨੂੰ ਝੂਠ ਕਰਾਰ ਦਿੰਦਿਆਂ ਹਰਪ੍ਰੀਤ ਦੇ ਬੇਟੇ ਦੇ ਮੁਤਾਬਕ ਪੁਲਿਸ ਨੂੰ ਉਹਨਾਂ ਦੇ ਘਰ ਤੋਂ 1 ਨੰਬਰ ਪਲੇਟ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ। ਹਰਮਿੰਦਰ ਸਿੰਘ ਵਾਹਿਗੁਰੂ ਨਗਰ ਦਾ ਰਹਿਣ ਵਾਲਾ, ਅੱਜ ਸ਼ਾਮੀ ਪੁਲਿਸ ਆਈ ਘਰੇ ਅਤੇ ਮੇਰੇ ਮਾਸੀ ਨੂੰ ਨਾਲ ਲੈ ਕੇ ਚੰਡੀਗੜ੍ਹ ਦੀ ਪੁਲਿਸ ਸੀਗੀ ਅਤੇ ਘਰ ਦੀ ਤਲਾਸ਼ੀ ਕਰਕੇ ਫਿਰ ਉਹਨਾਂ ਨੂੰ 1 ਨੰਬਰ ਪਲੇਟ ਬਰਾਮਦ ਹੋਈ ਅਤੇ ਉਹ ਲੈ ਕੇ ਘਰ ਦੀ ਤਲਾਸ਼ੀ ਵਗੈਰਾ ਕਰਕੇ ਉਹ ਚੱਲ ਗਏ। ਜਿਹੜਾ ਦਿਲਪ੍ਰੀਤ ਬਾਬਾ ਆ ਕਹਿੰਦੇ ਆ ਕਿ ਉਹ ਇੱਥੇ ਕਿੰਨੀ ਕੁ ਵਾਰੀ ਆਇਆ ਤੁਹਾਡੇ ਘਰੇ? ਉਹ ਜਿੱਦਾਂ ਪਿਛਲੇ ਸਾਲ 'ਚ ਆਏ ਸੀਗੇ ਮੇਰੇ ਘਰ ਅਤੇ 1 ਅੱਧੀ ਵਾਰੀ ਆਏ, ਜ਼ਿਆਦਾ ਵਾਰੀ ਨਹੀਂ ਆਏ ਹੈਗੇ ਆ। ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਇੱਥੋਂ ਘਰ ਚੋਂ ਅਸਲਾ ਅਤੇ ਜਿਹੜਾ ਇੱਕ ਚਿੱਟਾ ਬਾਰਡਰ ਵੀ ਜਿਹੜਾ ਇੱਥੋਂ ਬਰਾਮਦ ਹੋਇਆ, ਇਹ ਤਾਂ ਇਹ ਝੂਠ ਹੀ ਆ, ਇੱਥੋਂ ਕੁਛ ਇੱਦਾਂ ਦਾ ਨਹੀਂ ਮਿਲਿਆ। ਦਿਲਪ੍ਰੀਤ ਬਾਬਾ ਕਿੰਨੀ ਵਾਰੀ ਆ ਚੁੱਕਾ ਇੱਥੇ? ਇੱਕ ਥੋੜ੍ਹੀ ਵਾਰੀ ਆਇਆ। ਜਦੋਂ ਇੱਥੇ ਆਇਆ ਉਦੋਂ ਤੁਹਾਨੂੰ ਪਤਾ ਸੀ ਵੀ ਉਹ ਗੈਂਗਸਟਰ ਹੈ ਜਾਂ ਕਿੱਦਾਂ? ਪਤਾ ਸੀ। ਤੁਸੀਂ ਫਿਰ ਰੋਕਿਆ ਕਿਉਂ ਨਹੀਂ ਆਪਣੇ ਘਰਦਿਆਂ ਨੂੰ? ਤੁਹਾਡੇ ਪਰਿਵਾਰ ਨਾਲ ਉਹਦੇ ਕੀ ਲਿੰਕ ਸੀਗੇ? ਮਾਸੀ ਦੇ ਸੀਗੇ ਜ਼ਿਆਦਾ ਜਾਂ ਤੁਹਾਡੀ ਮਦਰ ਦੇ ਸੀ? ਤੁਹਾਡੇ ਨਾਲ ਵੀ ਕਦੇ ਉਹਦੀ ਫੋਨ ਤੇ ਗੱਲ ਹੋਈ? ਫੋਨ ਤੇ ਨਹੀਂ, ਇੱਥੇ ਹੀ ਆ ਜਾਂਦੀ ਸੀ ਫਿਰ ਜਦ ਇੱਥੇ ਆਏ ਉਦੋਂ ਗੱਲ ਕੀਤੀ ਸੀ। ਫੋਨ ਤੇ ਨਹੀਂ ਗੱਲ ਹੁੰਦੀ? ਲਾਸਟ ਵਾਰ ਕਦ ਆਏ ਤੁਹਾਡੇ ਕੋਲ? 2 ਵਾਰ ਸਿਆਲਾਂ 'ਚ ਆਏ ਸੀ। ਅਤੇ ਜਿਹੜਾ ਅੱਜ ਰੇਡ ਹੋਈ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਰੇਡ ਬਾਰੇ? ਜਾਂ ਰੇਡ ਦੇ ਵਿੱਚ 1 ਨੰਬਰ ਪਲੇਟ ਬਰਾਮਦ ਹੋਈ ਆ ਅਤੇ ਜੋ ਕਹਿੰਦੇ ਚਿੱਟਾ ਚੁੱਟਾ ਫੜਿਆ ਗਿਆ, ਉੱਦਾਂ ਦਾ ਕੁਛ ਨਹੀਂ ਫੜਿਆ ਗਿਆ। ਕੋਈ ਅਸਲਾ ਵੀ ਨਹੀਂ ਕੋਈ ਫੜਿਆ।
ਕੀ ਤੁਹਾਡੀ ਮੰਮਾ ਦਾ ਕੀ ਨਾਮ? ਕਿਹੜੀ ਪੁਲਿਸ ਕੀ ਨਵਾਂ ਸ਼ਹਿਰ ਦੀ ਸੀਗੀ ਜਾਂ ਕਿੱਥੋਂ ਆਈ ਸੀ? ਪੁਲਿਸ ਚੰਡੀਗੜ੍ਹ ਦੀ। ਕੀ ਨਾਮ ਕੀ ਮੰਮਾ? ਮੰਮੀ ਦਾ ਨਾਮ ਹਰਪ੍ਰੀਤ ਕੌਰ ਹੈ। ਮਾਸੀ ਦਾ? ਮਾਸੀ ਦਾ ਰੁਪਿੰਦਰ ਕੌਰ। ਜਿਹੜੇ ਮਾਸੀ ਸੀਗੇ ਤੁਹਾਡੇ, ਉਹ ਨਾਲ ਚੰਡੀਗੜ੍ਹ ਤੋਂ ਨਾਲ ਆਏ ਆ ਜਾਂ? ਹਾਂਜੀ ਚੰਡੀਗੜ੍ਹ ਤੋਂ ਨਾਲ ਹੀ ਆਏ ਆ। ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ, ਤੁਹਾਡੀ ਫੈਮਿਲੀ ਕਿੱਥੋਂ? ਬੇਸਿਕਲੀ ਦਿੱਲੀ ਤੋਂ। ਦਿੱਲੀ ਤੋਂ? ਹਾਂਜੀ। ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ? 8-9 ਸਾਲ ਦਾ। 8-9 ਸਾਲ। ਪਰ ਪੁਲਿਸ ਦਾ ਦਾਅਵਾ ਹੈ ਕਿ ਦਿਲਪ੍ਰੀਤ 2 ਸਾਲਾਂ ਤੋਂ ਚੰਡੀਗੜ੍ਹ ਦੇ ਸੈਕਟਰ 38C 'ਚ ਰੁਪਿੰਦਰ ਨਾਂ ਦੀ ਆਪਣੀ ਗਰਲਫ੍ਰੈਂਡ ਦੇ ਨਾਲ ਰਹਿ ਰਿਹਾ ਸੀ, ਜਿਸ ਦੇ 2 ਬੱਚੇ ਵੀ ਨੇ ਅਤੇ ਬੱਚੇ ਸੈਕਟਰ 40 ਦੇ ਇੱਕ ਸਕੂਲ ਵਿੱਚ ਪੜ੍ਹ ਰਹੇ ਨੇ। ਰੁਪਿੰਦਰ ਅਤੇ ਦੋਹਾਂ ਬੱਚਿਆਂ ਨੂੰ ਸਿਵਲ ਡਰੈਸ 'ਚ ਆਈ ਪੁਲਿਸ ਟੀਮ ਦੁਪਹਿਰ ਸਮੇਂ 2 ਘੰਟੇ ਘਰ ਅੰਦਰ ਸਰਚ ਕਰਨ ਤੋਂ ਬਾਅਦ ਆਪਣੇ ਨਾਲ ਲੈ ਗਈ। ਗੁਆਂਢੀਆਂ ਦੇ ਮੁਤਾਬਕ ਰੁਪਿੰਦਰ ਕੌਰ 6 ਮਹੀਨੇ ਪਹਿਲਾਂ ਇੱਥੇ ਆਈ ਸੀ। ਬਿਊਰੋ ਰਿਪੋਰਟ, T5 ਚੈਨਲ, ਪੰਜਾਬੀ।